ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ, ਮੈਨੂੰ ਇਹੋ ਖਿਆਲ ਲੈ ਬੈਠਾ ਕਿ ਸਾਡੀ ਜ਼ਿੰਦਗੀ ਵਿੱਚ ਵੀ ਇਹੀ ਖਿਆਲ ਹੈ ਕਿ ਸਾਡੀ ਵੀ ਜ਼ਿੰਦਗੀ ਬਸ ਗੁਜ਼ਰ ਰਹੀ ਹੈ। ਅੱਜ ਦਾ ਵੀਡੀਓ ਮੈਂ ਕੁਛ ਕਿਸੇ ਨੂੰ ਸਿਖਾਉਣ ਲਈ ਨਹੀਂ, ਬਲਕਿ ਜ਼ਿੰਦਗੀ ਪ੍ਰਤੀ ਆਪਣਾ ਨਜ਼ਰੀਆ ਸ਼ੇਅਰ ਕਰਨ ਲਈ ਬਣਾਈ ਹੈ। ਸੋ ਜੁੜੇ ਰਹੀਓ ਇਸ ਵੀਡੀਓ ਦੇ ਅੰਤ ਤੱਕ ਮੇਰੇ ਨਾਲ, ਤੁਹਾਨੂੰ ਜ਼ਰੂਰ ਆਨੰਦ ਆਏਗਾ। ਆਓ ਸ਼ੁਰੂ ਕਰਦੇ ਹਾਂ ਇਹ ਹਮਾਰਾ ਜੀਵਣਾ। ਗੁੱਡ ਮਾਰਨਿੰਗ ਫਰੈਂਡਸ, ਘਬਰਾਓ ਨਾ, ਅੱਜ ਦੀ ਵੀਡੀਓ ਪੰਜਾਬੀ 'ਚ ਹੋਏਗੀ। ਸੋ ਇੱਕ ਕਵਿਤਾ ਜੋ ਕਿ ਮੇਰੇ ਵਿਚਾਰਾਂ ਦੀ ਹਾਣੀ ਰਹੀ ਹੈ। ਮੈਨੂੰ ਲੱਗਦਾ ਹੁੰਦਾ ਕਿ ਮੇਰੀ ਸੋਚ ਅਤੇ ਇਸ ਕਵਿਤਾ ਦੀ ਸੋਚ ਇੱਕੋ ਜੀ, ਜਿਵੇਂ ਸੁਰਜੀਤ ਪਾਤਰ ਜੀ ਲਿਖਦੇ ਹਨ, ਲਹੂ ਲਫਜ਼ ਹੋਏ, ਰਗਾਂ ਰਾਗ ਬਣੀਆਂ, ਕਵੀ ਦੀ ਅਤੇ ਕਵਿਤਾ ਦੀ ਇੱਕ ਜ਼ਾਤ ਹੋਈ, ਸਾਡੀ ਤੁਹਾਡੀ ਮੁਲਾਕਾਤ ਹੋਈ, ਜਿਉਂ ਬਲਦੇ ਜੰਗਲ 'ਚ ਬਰਸਾਤ ਹੋਈ। ਇਹ ਸਾਡੀ ਅਤੇ ਤੁਹਾਡੀ ਮੁਲਾਕਾਤ ਹੀ ਸੀ ਜਿਸ ਨੇ ਮੇਰੇ ਅੰਦਰ ਹੋਰ ਲਾਲਚ ਜਗਾਇਆ ਕਿ ਤੁਹਾਡੇ ਨਾਲ ਵੱਧ ਤੋਂ ਵੱਧ ਗੱਲਬਾਤ ਕੀਤੀ ਜਾਵੇ। ਸੋ ਇਹ ਵੀਡੀਓ ਹੋਰ ਕੁਛ ਨਹੀਂ ਹੈ, ਇੱਕ ਲਾਲਚ ਹੈ ਤੁਹਾਡੇ ਰੂਬਰੂ ਹੋਣ ਦਾ, ਤੁਹਾਡੇ ਨਾਲ ਗੱਲਬਾਤ ਕਰਨ ਦਾ। ਸੋ ਜ਼ਿੰਦਗੀ ਪ੍ਰਤੀ ਇਸ ਤੋਂ ਇੰਟਰਸਟਿੰਗ ਕਵਿਤਾ ਜੋ ਕਿ ਸਾਰਿਆਂ ਦੇ ਨਾਲ ਜੁੜਦੀ ਹੈ, ਮੈਨੂੰ ਪੰਜਾਬੀ ਵਿੱਚ ਨਹੀਂ ਮਿਲੀ। ਇਹ ਕਵਿਤਾ ਜਿੱਦਾਂ 10 ਦਾ ਪਹਾੜਾ, ਟੇਬਲ ਆਫ 10, 10 ਦਾ ਪਹਾੜਾ, ਇਹ ਉਸ 'ਤੇ ਆਧਾਰਿਤ ਹੈ। ਸੋ ਕਵੀ ਨੇ ਪੂਰੀ ਜ਼ਿੰਦਗੀ ਨੂੰ 10 ਦੇ ਪਹਾੜੇ ਦੇ ਵਿੱਚ ਉਹ ਜੋੜ ਕੇ ਜ਼ਿੰਦਗੀ ਦਾ ਬਿਰਤਾਂਤ ਸਾਡੇ ਸਾਹਮਣੇ ਰੱਖਿਆ। ਉਹ ਲਿਖਦਾ ਹੈ, ਕਹਿੰਦਾ ਇੱਕ ਦਾ ਅਦਾਇਆ ਹੱਸ ਕੇ ਗਵਾਇਆ, ਕਿ ਜਦੋਂ ਬੰਦਾ 10 ਸਾਲ ਦੀ ਉਮਰ ਤੱਕ ਯਾਨੀ ਬਚਪਨ 'ਚ ਸੀ, ਉਦੋਂ ਕੀ ਕਰਦਾ, ਹੱਸ ਲਿਆ, ਖੇਡ ਲਿਆ, ਟਾਈਮ ਪਾਸ ਕਰ ਲਿਆ, ਹੱਸ ਕੇ ਗਵਾਇਆ। 2 ਦਾਇਆ ਵੀ ਜੰਗਲ ਵਿੱਚ ਸੀ। ਜੰਗਲ ਉਸ ਏਜ ਗਰੁੱਪ ਨੂੰ ਕਿਹਾ ਗਿਆ ਜਿਸ 'ਚ ਸਾਡੇ 'ਚ ਫਿਜ਼ੀਕਲ ਚੇਂਜਿਸ, ਇਮੋਸ਼ਨਲ ਚੇਂਜਿਸ, ਸੋਸ਼ਲ ਚੇਂਜਿਸ ਆਉਂਦੀਆਂ ਨੇ। ਅਸੀਂ ਇੱਕ ਨਵੀਂ ਪਰਸਨੈਲਿਟੀ ਡਿਵੈਲਪ ਕਰ ਰਹੇ ਹੁੰਦੇ ਹਾਂ। ਸੋ ਉਸ ਚੀਜ਼ ਨੂੰ ਕਵੀ ਨੇ ਬੜਾ ਸੁੰਦਰ ਕਿਹਾ ਕਿ 2 ਦਾਇਆ ਵੀ ਜੰਗਲ ਵਿੱਚ ਸੀ, ਆਪਣੇ ਨਾਲ ਯੁੱਧ, ਆਪਣੇ ਤੋਂ ਡਰ, ਆਪਣੇ ਤੋਂ ਬਚ ਕੇ ਰਹਿਣਾ, ਆਪਣੇ ਆਪ ਨੂੰ ਮੋਲਡ ਕਰਨਾ। ਇਸ ਅਵਸਥਾ ਨੂੰ ਇੱਕ ਬੜੀ ਔਖੀ ਅਵਸਥਾ ਕਿਹਾ ਗਿਆ ਜਿਹਦੇ 'ਚ ਆਪਣੇ ਆਪ ਨਾਲ ਲੜਾਈ ਹੈ। ਸੋ 2 ਦਾਇਆ ਵੀ ਜੰਗਲ ਵਿੱਚ ਸੀ, 3 ਦਾਇਆ 30 ਮੇਰਾ ਪੁੱਤਰ ਮੇਰੀ ਯਸ ਧੀ, ਵਿਆਹ ਹੋ ਗਿਆ, ਹੁਣ ਕੀ ਹੋ ਰਿਹਾ, 3 ਦਾਇਆ 30 ਮੇਰਾ ਪੁੱਤਰ ਮੇਰੀ ਧੀ, ਹੁਣ ਸਾਰਾ ਧਿਆਨ ਆਹ ਮੇਰਾ ਪੁੱਤਰ, ਆਹ ਮੇਰੀ ਧੀ, ਇਹਨੂੰ ਮੈਂ ਆਹ ਪੜ੍ਹਾਉਣਾ, ਆਹ ਮੈਂ ਇੱਦਾਂ ਇਹਦਾ ਜਿਹੜਾ ਸਾਰਾ ਲਾਈਫ ਸੈੱਟ ਕਰਨੀ ਹੈ, ਇਹਨੂੰ ਮੈਂ ਆਹ ਚੀਜ਼ਾਂ ਲੈ ਕੇ ਦੇਣੀਆਂ। ਯਾਨੀ ਆਪਣੇ ਬਾਰੇ ਅਸੀਂ ਬਾਅਦ 'ਚ ਸੋਚਦੇ ਹਾਂ, ਆਪਣੇ ਬੱਚਿਆਂ ਬਾਰੇ ਪਹਿਲਾਂ। ਸੋ 3 ਦਾਇਆ 30 ਮੇਰਾ ਪੁੱਤਰ ਮੇਰੀ ਧੀ, 4 ਦਾਇਆ 40 ਅਤੇ ਗੱਲ 'ਚ ਪੈ ਗਈ 45। 45 ਮੇਰੇ ਕਿਸਾਨ ਵੀਰ ਚੰਗੀ ਤਰ੍ਹਾਂ ਜਾਣਦੇ ਹੋਣਗੇ, 4 ਦਾਇਆ 40 ਗੱਲ 'ਚ ਪੈ ਗਈ 45, ਹੁਣ ਗੱਲ 'ਚ ਜ਼ਿੰਮੇਵਾਰੀਆਂ ਦੀ 45 ਪੈ ਗਈ। ਯਾਨੀ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ, ਬੱਚੇ ਵੱਡੇ ਹੋ ਗਏ, ਉਹਨਾਂ ਨੂੰ ਸੈੱਟ ਕਰਨਾ, ਉਹਨਾਂ ਨੂੰ ਚੰਗੀ ਜਗ੍ਹਾ ਨੌਕਰੀ ਦਿਵਾਉਣੀ, ਉਹਨਾਂ ਦਾ ਬਿਜ਼ਨਸ ਸੈੱਟ ਕਰਨਾ, ਉਹਨਾਂ ਦਾ ਵਿਆਹ ਕਰਨਾ, ਗੱਲ 'ਚ ਪੈ ਗਈ 45। 5 ਦਾਇਆ 50 ਗੱਲ 'ਚ ਪੈ ਗਿਆ ਫਾ, ਹੁਣ ਵਿਆਹ ਵੀ ਕਰ ਦਿੱਤਾ, ਬੱਚੇ ਸੈਟਲ ਵੀ ਹੋ ਗਏ, ਸੋਚਿਆ ਸੀ ਜ਼ਿੰਮੇਵਾਰੀਆਂ ਖਤਮ, ਪਰ ਨਹੀਂ, ਹੋਰ ਵੱਧ ਗਈਆਂ, ਹੋਰ ਜ਼ਿੰਮੇਵਾਰੀਆਂ ਸਹੇੜਨੀਆਂ, ਹੋਰ ਭਾਰ ਜਿਹੜਾ ਸੀ ਆਪਣੇ ਉੱਤੇ ਪਾ ਲਿਆ। 5 ਦਾਇਆ 50 ਗੱਲ 'ਚ ਪੈ ਗਿਆ ਫਾ, 6 ਦਾਇਆ 60 ਹੱਥੇ 'ਚ ਆ ਗਈ ਲੱਠ, ਹੁਣ ਹੌਲੀ 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 ਹੱਡੀਆਂ ਜਵਾਬ ਦੇ ਰਹੀਆਂ, ਜਦੋਂ ਉੱਠਣ ਵੇਲੇ ਸਰੀਰ 'ਚੋਂ ਕੜਾਕੇ ਦੀ ਆਵਾਜ਼ ਆਉਂਦੀ ਹੈ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਰਾਮ ਰਾਮ ਦੀ ਆਵਾਜ਼ ਆਉਂਦੀ ਹੈ, 6 ਦਾਇਆ 60 ਹੱਥੇ 'ਚ ਆ ਗਈ ਲੱਠ, 7 ਦਾਇਆ 70 ਹੁਣ ਘਰਦਿਆਂ ਦਾ ਰਿਸਪੋਂਸ ਦੇਖਿਓ, 7 ਦਾਇਆ 70 ਹੁਣ ਘਰਦੇ ਕੀ ਕਹਿੰਦੇ ਨੇ, ਅਕਲ ਹੋ ਗਈ 72 ਕਿ ਬਾਬਾ ਸੱਤਰਿਆ ਬੱਤਰਿਆ ਗਿਆ, ਇਹਨੂੰ ਅਲੱਗ ਕਮਰਾ ਦਿਓ, ਪੁੱਛੀਏ ਕੀ ਜਵਾਬ ਕੀ ਦਿੰਦਾ, ਅਕਲ ਟਿਕਾਣੇ ਨਹੀਂ ਹੈਗੀ ਇਹਦੀ। ਸੋ 7 ਦਾਇਆ 70 ਅਕਲ ਹੋ ਗਈ 72, 8 ਦਾਇਆ 80 ਮੰਗਿਆ ਦੁੱਧ ਤੇ ਮਿਲੀ ਯਸ ਲੱਸੀ,
ਹੁਣ ਦੁੱਧ ਮੰਗਦਾ ਦੁੱਧ ਦੇ ਦੋ ਪਰ ਆਂਦਾ ਕੀ ਆ ਲੱਸੀ ਉਹ ਬਾਬਾ ਪੀ ਲੈ ਹੀ ਪਿੱਛੋਂ ਹੀ ਏਦਾਂ ਹੀ ਆਇਆ ਪਤਲਾ ਦੁੱਧ ਆ ਰਿਹਾ ਅੱਜ ਕੱਲ੍ਹ ਗਰਮੀ ਬਹੁਤ ਹੈ ਠੀਕ ਹੈ ਮੱਝ ਸੂਈ ਆ ਠੀਕ ਹੈ ਅੱਠ ਦਾ ਆ ਅੱਸੀ ਮੰਗਿਆ ਦੁੱਧ ਮਿਲੀ ਲੱਸੀ ਨੌ ਦਾ ਆ 90 ਹੁਣ ਅੱਗੇ ਕੁਛ ਨਾ ਲੱਭੇ ਇਸ ਜਗ੍ਹਾ ਤੇ ਵੀ ਆ ਕੇ ਬੰਦਾ ਸੋਚਦਾ ਕਵੀ ਨੇ ਬੜਾ ਸੁੰਦਰ ਕਿਹਾ ਕਿ ਜਿੱਧਰ ਦੇਖਤੇ ਹੈ ਜਹਾਂ ਦੇਖਤੇ ਹੈ ਅਦਮ ਕੀ ਤਰਫ ਸਭ ਰਵਾਂ ਦੇਖਤੇ ਹੈ ਕੋਈ ਸੁਬਹ ਜਾਤਾ ਕੋਈ ਸ਼ਾਮ ਕੋ ਦੁਪਹਿਰ ਕਿਸੀ ਕਾ ਚਲਾ ਦੇਖਤੇ ਹੈ ਜਵਾਂ ਹੀ ਹੈ ਵੋ ਬੱਚਾ ਹਰ ਵਕਤ ਹੀ ਚਲਾ ਕਲ ਕਾ ਸ਼ੋਰੋ ਖਫਾਂ ਦੇਖਤੇ ਹੈ ਜੋ ਆਇਆ ਯਹਾਂ ਪਰ ਵੋ ਰਹਿਨੇ ਨਾ ਪਾਇਆ ਸਭੀ ਕੂਚ ਕਰਤੇ ਮੀਆਂ ਦੇਖਤੇ ਹੈ ਹੈ ਆਬਾਦ ਦੁਨੀਆ ਕਾ ਆਲਮ ਯੇ ਕੈਸਾ ਨਾ ਰਹਿਤੀ ਯਹਾਂ ਜਿਸਮੋ ਜਾਨ ਦੇਖਤੇ ਹੈ ਜੋ ਰਖਤੇ ਥੇ ਲਾਖੋ ਖਜ਼ਾਨੇ ਨਿਹਾਂ ਮੇ ਚਲੇ ਹਾਥ ਖਾਲੀ ਮੀਆਂ ਦੇਖਤੇ ਹੈ ਔਰ ਤਿਆਰੀ ਕਰ ਲੋ ਤੁਮ ਵੀ ਹੈ ਬੁਲਬੁਲੇ ਦਿਲ ਗਈ ਹੈ ਬਹਾਰ ਫਿਜ਼ਾਂ ਦੇਖਤੇ ਹੈ ਸਾਰੇ ਸੰਗੀ ਸਾਥੀ ਛੱਡ 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 ਕੇ ਜਾਈ ਜਾ ਰਿਹਾ ਨੌ ਦਾਇਆ 90 ਹੁਣ ਅੱਗੇ ਕੁਛ ਨਾ ਲੱਭੇ ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਕਹਿੰਦੇ ਇਸ ਏਜ 'ਚ 3 ਚੀਜ਼ਾਂ ਚਾਹੀਦੀਆਂ ਹੁੰਦੀਆਂ ਪਹਿਲਾ ਕੈਸ਼ ਮਨੀ ਆਪਣਾ ਪੈਸਾ ਖਰਚਣ ਲਈ ਦੂਸਰਾ ਪੈਟ ਕੋਈ ਵੀ ਪਾਲਤੂ ਜਾਨਵਰ ਜਿਹਦੇ ਨਾਲ ਬਹਿ ਕੇ ਤੁਸੀਂ ਗੱਲਾਂ ਕਰ ਸਕੋ ਬੱਚਿਆਂ ਕੋਲ ਬਿਜ਼ੀ ਹੁੰਦੇ ਟਾਈਮ ਨਹੀਂ ਹੁੰਦਾ ਤੀਸਰਾ ਬੁੜੀ ਪਤਨੀ ਜਾਂ ਬੁੜਾ ਪਤੀ ਨੋਟ ਜਵਾਨ ਓਕੇ ਸੋ ਇਹ 3 ਚੀਜ਼ਾਂ ਇਸ ਉਮਰ 'ਚ ਚਾਹੀਦੀਆਂ ਜੇ ਆਹ ਉਮਰ 'ਚ ਤੁਸੀਂ ਆਪਣੇ ਸੁੱਖ ਨਾਲ ਕੱਟਣੀ ਸੋ 9 ਦਾ ਆ 90 ਹੁਣ ਅੱਗੇ ਕੁਛ ਨਾ ਲੱਭੇ 10 ਦਾ ਆ 100 ਕਰਦੇ ਕਹਿੰਦੇ ਹੁਣ ਤੇ ਪੂਰਾ ਹੋ ਸੋ ਇਹ ਸੀ ਹਮਾਰਾ ਜੀਵਣਾ ਇਹ ਕਵਿਤਾ ਪਿੱਛੇ ਇੱਕੋ ਹੀ ਮਕਸਦ ਕਿ ਅਸੀਂ ਇਸ ਤਰ੍ਹਾਂ ਦੀ ਹੀ ਲਾਈਫ ਜੀਣ ਲਈ ਦੁਨੀਆ ਵਿੱਚ ਆਏ ਹਾਂ ਸਾਰੇ ਜੀ ਰਹੇ ਆ ਕਿ ਅਸੀਂ ਵੀ ਉਹੀ ਚੀਜ਼ ਫੋਲੋ ਕਰਕੇ ਚੱਲ ਜਾਣਾ ਜਿੱਦਾਂ ਮਨੁੱਖ ਅਤੇ ਦੂਜੇ ਪ੍ਰਾਣੀ ਜੀਂਦੇ ਪਏ ਨੇ ਕਿ ਆਪਾਂ ਕੁਛ ਨਵਾਂ ਨਹੀਂ ਕਰਨਾ ਆਪਾਂ ਐਸਾ ਕੁਛ ਨਹੀਂ ਕਰਨਾ ਕਿ ਬਾਅਦ 'ਚੋਂ ਧਰਤੀ ਮਾਤਾ ਸਾਨੂੰ ਕਹੇ ਥੈਂਕ ਯੂ ਬੇਟੇ ਤੂੰ ਆਇਆ ਮੇਰੇ ਲਈ ਇੰਨਾ ਕਰਕੇ ਗਿਆ ਕਿ ਇਹੋ ਜਿਹਾ ਕੁਛ ਵੀ ਵਿਚਾਰ ਸਾਡੇ ਮਨ 'ਚ ਨਹੀਂ ਕਦੀ ਆਉਂਦਾ ਕਿ ਸਿਰਫ ਅਸੀਂ ਆਪਣੇ ਬਾਰੇ ਹੀ ਸੋਚਣ ਲਈ ਆਹੀ ਸਰਕਲ ਫੋਲੋ ਕਰਨ ਲਈ ਹੀ ਦੁਨੀਆ ਵਿੱਚ ਆਏ ਹਾਂ ਥੋੜ੍ਹਾ ਸਾਨੂੰ ਇਹਦੇ ਬਾਰੇ ਜ਼ਰੂਰ 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 ਸੋਚਣਾ ਚਾਹੀਦਾ ਕਿ ਆਖਿਰ ਅਸੀਂ ਇਸ ਦੁਨੀਆ ਵਿੱਚ ਕਿਉਂ ਆਏ ਹਾਂ ਹਾਂ ਇੱਕ ਗੱਲ ਪੱਕੀ ਹੈ ਕਿ ਨਾਲ ਕੁਝ ਨਹੀਂ ਜਾਣਾ ਪਰ ਅਸੀਂ ਸਮਾਜ ਨੂੰ ਦੇ ਕੇ ਕੀ ਜਾ ਰਹੇ ਹਾਂ ਦੁਨੀਆ ਸਾਨੂੰ ਕਿਸ ਤਰ੍ਹਾਂ ਯਾਦ ਰੱਖੇਗੀ ਮੈਨੂੰ ਯਾਦ ਹੈ ਇੱਕ ਕਹਾਣੀ ਇੱਕ ਅਖਬਾਰ ਵਿੱਚ ਉਹ 'ਚ ਜਿਹੜੇ ਭੋਗ ਦੇ ਕੋਲਮ ਨਹੀਂ ਆਉਂਦੇ ਕਿਸੇ ਦੀ ਡੈਥ ਦੇ ਓਬਿਚਰੀ ਜਿਹੜੇ ਕੋਲਮ ਹੁੰਦੇ ਨੇ ਸੋ ਓਬਿਚਰੀ ਕੋਲਮ ਵਿੱਚ ਇੱਕ ਨਿਊਜ਼ ਛਪੀ ਉੱਥੇ ਲਿਖਿਆ ਸੀ ਕਿ ਵਿਨਾਸ਼ ਦਾ ਦੇਵਤਾ ਮਰ ਗਿਆ ਤਬਾਹੀ ਦਾ ਦੇਵਤਾ ਮਰ ਗਿਆ ਦੁਨੀਆ ਨੂੰ ਤਬਾਹ ਕਰਨ ਦੀ ਸੋਚਣ ਵਾਲਾ ਅੱਜ ਦੁਨੀਆ ਵਿੱਚ ਨਹੀਂ ਰਿਹਾ ਨੀਚੇ ਉਹਦਾ ਨਾਮ ਲਿਖਿਆ ਸੀ ਅਲਫਰਡ ਨੋਬਲ ਪਰ ਅਲਫਰਡ ਨੋਬਲ ਉਹਦਾ ਜ਼ਿੰਦਾ ਸੀ ਇਹ ਖਬਰ ਗਲਤੀ ਦੇ ਨਾਲ ਉਸ ਅਖਬਾਰ ਵਿੱਚ ਛਪ ਗਈ ਸੀ ਕਿ ਉਹਨਾਂ ਕੋਲ ਇੱਕ ਰੋਂਗ ਇਨਫੋਰਮੇਸ਼ਨ ਪਹੁੰਚੀ ਸੀ ਪਰ ਇਸ ਖਬਰ ਨੇ ਅਲਫਰਡ ਨੋਬਲ ਦੀ ਲਾਈਫ ਚੇਂਜ ਕਰਕੇ ਰੱਖਤੀ ਉਹ ਸੋਚਣ ਲੱਗਾ ਕਿ ਇਸ ਤਰ੍ਹਾਂ ਲੋਕ ਮੈਨੂੰ ਮੇਰੇ ਜਾਣ ਤੋਂ ਬਾਅਦ ਯਾਦ ਕਰਨਗੇ ਮੈਂ ਇਹੋ ਜਿਹਾ ਕੀ ਦੇ ਕੇ ਜਾਵਾਂ ਮੈਂ ਇਹੋ ਜਿਹਾ ਕੀ ਕਰਕੇ ਜਾਵਾਂ ਕਿ ਦੁਨੀਆ ਮੈਨੂੰ ਮੇਰੇ ਕੀਤੇ ਹੋਏ ਚੰਗੇ ਕੰਮਾਂ ਲਈ ਮੈਨੂੰ ਯਾਦ ਰੱਖੇ ਸੋ ਚਾਹੇ ਉਸਨੇ ਬੰਬ ਦੀ ਖੋਜ ਕੀਤੀ ਸੀ ਪਰ ਨਾਲ ਹੀ ਉਸਨੇ ਆਪਣੀ ਜਮ੍ਹਾਂ ਕੀਤੀ ਹੋਈ ਰਾਸ਼ੀ ਦੇ ਨਾਲ ਨੋਬਲ ਪ੍ਰਾਈਜ਼ ਦੀ ਸ਼ੁਰੂਆਤ ਕੀਤੀ ਕਿ ਜੋ ਵੀ ਦੁਨੀਆ ਵਿੱਚ ਕੋਈ ਨੋਬਲ ਵਰਕ ਕਰੇਗਾ ਨੇਕ ਕੰਮ ਕਰੇਗਾ ਦੁਨੀਆ 'ਚ ਸ਼ਾਂਤੀ ਵਧਾਉਣ ਦਾ ਕੋਈ ਕੰਮ ਕਰੇਗਾ ਅਤੇ ਉਸ ਨੂੰ ਜਿਹੜਾ ਹੈ ਨੋਬਲ ਪ੍ਰਾਈਜ਼ ਦਿੱਤਾ ਜਾਵੇ ਸੋ ਉਸ ਦਿਨ ਤੋਂ ਅਲਫਰਡ ਨੋਬਲ ਨੂੰ ਕੋਈ ਬੰਬ ਦੇ ਕਰਕੇ ਯਾਦ ਨਹੀਂ ਕਰਦਾ ਬਲਕਿ ਨੋਬਲ ਪ੍ਰਾਈਜ਼ ਦੇ ਕਰਕੇ ਯਾਦ ਕਰਦਾ ਕਿ ਨੇਕ ਕੰਮ
ਮਦਰ ਟੈਰੇਸਾ ਜੀ ਕੋਲ ਕਿਸੇ ਨੇ ਪੁੱਛਿਆ, ਕੋਈ ਉਹਨਾਂ ਕੋਲ ਕਿਹਾ ਕਿ ਅਸੀਂ ਜਿਹੜਾ ਹੈ ਐਂਟੀ ਵਾਰ ਇੱਕ ਰੈਲੀ ਕੱਢ ਰਹੇ ਹਾਂ, ਵਾਰ ਦੇ ਖਿਲਾਫ, ਯੁੱਧ ਦੇ ਖਿਲਾਫ ਇੱਕ ਰੈਲੀ ਕੱਢ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਦੇ ਵਿੱਚ ਅੱਗੇ ਹੋ ਕੇ ਉਸਦੀ ਪ੍ਰਧਾਨਗੀ ਕਰੋ ਅਤੇ ਨਾਲ ਨਾਲ ਸਾਡੇ ਚੱਲੋ। ਤਾਂ ਉਹਨਾਂ ਨੇ ਸਾਫ ਮਨਾ ਕਰਤਾ ਸੀ, ਕਹਿੰਦੇ ਮੈਂ ਕਿਸੇ ਵੀ ਐਂਟੀ ਵਾਰ ਰੈਲੀ ਵਿੱਚ ਸੰਬੋਧਨ ਕਰਨ ਭਾਗ ਲੈਣ ਲਈ ਨਹੀਂ ਜਾਵਾਂਗੀ। ਹਾਂ, ਜੇ ਕੋਈ ਸ਼ਾਂਤੀ ਵਧਾਉਣ ਵਾਲੀ, ਦੁਨੀਆ 'ਚ ਸ਼ਾਂਤੀ ਪੈਦਾ ਕਰਨ ਵਾਲੀ ਕੋਈ ਰੈਲੀ ਹੈ ਤਾਂ ਮੈਂ ਉਹਦੇ ਵਿੱਚ ਜ਼ਰੂਰ ਜਾਵਾਂਗੀ। ਫਰਕ ਹੈ, ਐਂਟੀ ਵਾਰ 'ਚ ਜ਼ਿਆਦਾ ਗੱਲਾਂ ਵਾਰ ਦੀਆਂ ਹੋਣੀਆਂ, ਯੁੱਧ ਨਾ ਕਰੋ, ਯੁੱਧ ਦੇ ਆਹ ਨੁਕਸਾਨ। ਅਸੀਂ ਹਰ ਵਾਰ ਨੈਗੇਟਿਵ ਡਿਸਕਸ ਕਰਦੇ ਰਹਿੰਦੇ ਹਾਂ, ਪੋਜ਼ਿਟਿਵਿਟੀ ਦੇ ਨਾਲ ਜੋੜੀਏ। ਰੱਬ ਨੇ ਸਾਨੂੰ ਚੰਗਾ ਕੀ ਦਿੱਤਾ? ਰੱਬ ਨੇ ਸਾਨੂੰ ਦੁਨੀਆ ਨੂੰ ਵਧੀਆ ਬਣਾਉਣ ਲਈ ਕੀ ਦਿੱਤਾ ਹੈ? ਹਰ ਬੰਦੇ ਦੇ ਵਿੱਚ ਚੰਗੀ ਚੀਜ਼ ਕਿਹੜੀ ਦਿੱਤੀ ਹੈ? ਅਸੀਂ ਉਹਦੇ ਵੱਲ ਦੇਖਣਾ ਸ਼ੁਰੂ ਕਰੀਏ ਤਾਂ ਕਿ ਬਾਅਦ 'ਚੋਂ ਸਾਨੂੰ ਯਾਦ ਰੱਖੇ ਕਿ ਹਾਂ, ਆਹ ਬੰਦਾ ਸੀ ਜਿਹੜਾ ਸਾਡੇ 'ਚ ਚੰਗੇ ਗੁਣ ਦੇਖਦਾ ਸੀ, ਬਾਕੀ ਸਾਰੇ ਸਾਡੇ 'ਚ ਮਾੜਾ ਦੇਖਦੇ ਸੀ। ਮਾਂ ਨੂੰ ਕਿਉਂ ਪੂਜਦੇ ਨੇ? ਮਾਂ ਨੂੰ ਇਸੇ ਕਰਕੇ ਪੂਜਦੇ ਆ ਕਿ ਮਾਂ ਲਈ ਉਹਦਾ ਬੇਟਾ ਰਾਜਾ ਬੇਟਾ ਹੁੰਦਾ। ਦੁਨੀਆ ਕਹਿੰਦੀ ਹੈ ਤੇਰਾ ਤਾਂ ਭੈੜਾ ਹੈ ਬੇਟਾ। ਦੁਨੀਆ ਅਲੱਗ ਅਲੱਗ ਤਰ੍ਹਾਂ ਦੀਆਂ ਸ਼ਿਕਾਇਤਾਂ ਲਾ ਕੇ ਆਉਂਦੀ ਹੈ ਵੀ ਤੇਰੇ ਮੁੰਡੇ ਨੇ ਆਹ ਕਰਤਾ, ਤੇਰੇ ਜਿਹੜੇ ਬੇਟੇ ਨੇ ਆਹ ਕਰ ਦਿੱਤਾ, ਇਹਨੇ ਸ਼ੀਸ਼ਾ ਤੋੜਤਾ, ਇਹਨੇ ਆਹ ਲੜਾਈ ਕਰ ਦਿੱਤੀ। ਪਰ ਮਾਂ ਕਹਿੰਦੀ ਨਾ, ਦੁਨੀਆ 'ਚ ਨੁਕਸ ਹੋ ਸਕਦਾ, ਮੇਰਾ ਬੇਟਾ ਤਾਂ ਰਾਜਾ ਬੇਟਾ, ਇਹ 'ਚ ਕੋਈ ਨੁਕਸ ਨਹੀਂ ਹੋ ਸਕਦਾ। ਅਤੇ ਸਾਡੇ ਦੇਸ਼ ਵਿੱਚ ਇੱਕ ਕਹਾਵਤ ਹੈ ਕਿ ਸਮਰੱਥ ਕੋ ਨਹੀਂ ਦੋਸ਼ ਗੁਸਾਈ, ਕਿ ਜੋ ਸਮਰੱਥ ਹੈ ਉਹਨੇ ਤਾਂ ਕੋਈ ਦੋਸ਼ ਹੋ ਹੀ ਨਹੀਂ ਸਕਦਾ। ਸੋ ਸੱਚੀ ਜਿਹੜੇ ਸਾਡੇ ਦੇਸ਼ ਦੇ ਰਾਜੇ ਸੀ, ਉਹ ਕਹਾਵਤ ਸੀ ਕਿ ਰਾਜਾ ਕਦੀ ਗਲਤੀ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹ ਮੰਨਦੇ ਸੀ ਕਿ ਜੋ ਰਾਜੇ ਨੇ ਕਹਿ ਤਾ ਅਸੀਂ ਉੱਥੇ ਪੂਰਾ ਉਹਦੇ 'ਤੇ ਫੁੱਲ ਚੜਾਵਾਂਗੇ, ਜੋ ਉਹਨੇ ਕਹਿ ਤਾ ਅਸੀਂ ਉਹ ਪੂਰਾ ਕਰਾਂਗੇ। ਇਸ ਕਰਕੇ ਜੇ ਉਹਨੇ ਜੋ ਕਹਿ ਤਾ ਉਹ ਕਰਨਾ ਹੀ ਹੈ ਤਾਂ ਫਿਰ ਰਾਜਾ ਗਲਤ ਹੋ ਹੀ ਨਹੀਂ ਸਕਦਾ। ਅਤੇ ਸੱਚੀ ਮਾਂ ਆਪਣੇ ਬੇਟੇ ਨੂੰ ਰਾਜਾ ਬੇਟਾ ਕਹਿੰਦੀ ਹੀ ਨਹੀਂ ਰਹਿੰਦੀ, ਬਲਕਿ ਮੰਨਦੀ ਵੀ ਹੈ, ਹਰ ਗੱਲ ਮੰਨਣੀ, ਅਤੇ ਉਹਦੇ 'ਚ ਕੋਈ ਨੁਕਸ ਨਹੀਂ ਲੱਭਣਾ। ਜੋ ਉਹਨੇ ਕਹਿਤਾ ਠੀਕ ਹੈ, ਜੋ ਉਹਨੇ ਕਰਤਾ ਠੀਕ ਹੈ। ਪਿਆਰ, ਇੱਕ ਮੁਜਲਿਮ ਸੀ, ਇੱਕ ਅਪਰਾਧੀ ਸੀ ਜਿਹਦਾ ਇੱਕ ਗਿਨੀਜ਼ ਵਰਲਡ ਰਿਕਾਰਡ 'ਚ ਨਾਮ ਸੀ ਕਿ ਉਹਦੇ ਉੱਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਕਤਲਾਂ ਦਾ ਇਲਜ਼ਾਮ ਸੀ, ਅਤੇ ਉਹਨੂੰ ਲੱਭ ਰਹੇ ਸੀ ਸਾਰੇ। ਉਹ ਐਸਾ ਕਾਤਿਲ ਸੀ ਕਿ ਜ਼ਰਾ ਜਿੰਨੀ ਕੋਈ ਫੜਕ ਦੀ ਆਵਾਜ਼ ਆਵੇ ਤਾਂ ਪਿੱਛੇ ਬਾਅਦ 'ਚ ਦੇਖਦਾ ਸੀ, ਗੋਲੀ ਪਹਿਲਾਂ ਚਲਾ ਦਿੰਦਾ ਸੀ। ਇੱਕ ਵਾਰ ਕਿਸੇ ਪੁਲਿਸ ਵਾਲੇ ਨੇ ਉਹਦੇ ਕੋਲ ਉਹਦੀ ਗੱਡੀ ਰੋਕ ਕੇ ਉਹਦੇ ਕੋਲ ਲਾਇਸੈਂਸ ਮੰਗਿਆ, ਉਹਨੇ ਸ਼ੀਸ਼ਾ ਨੀਚੇ ਕੀਤਾ, ਲਾਇਸੈਂਸ ਕੱਢਣ ਦੀ ਬਜਾਏ ਉਹਨੇ ਰਿਵਾਲਵਰ ਕੱਢ ਕੇ ਉਹਨੂੰ ਗੋਲੀ ਨਾਲ ਮਾਰ ਦਿੱਤਾ। ਇੰਨਾ ਉਹ ਇਨਸਿਕਿਓਰ ਫੀਲ ਕਰਦਾ ਸੀ ਹਰ ਇੱਕ ਜਗ੍ਹਾ 'ਤੇ, ਇੰਨਾ ਉਹਨੂੰ ਡਰ ਸੀ। ਸੋ ਅਖੀਰ ਕੀ ਹੋਇਆ, ਨਿਊਯਾਰਕ ਦੀ ਇੱਕ ਬਿਲਡਿੰਗ ਵਿੱਚ ਜਦੋਂ ਆਪਣੀ ਬਿਲਵਡ ਨੂੰ ਮਿਲਣ ਗਿਆ ਹੋਇਆ ਸੀ ਅਤੇ ਪੁਲਿਸ ਨੂੰ ਪਤਾ ਚੱਲ ਗਿਆ, ਉਹਨਾਂ ਨੇ ਉਹਨੂੰ ਘੇਰਾ ਪਾ ਕੇ ਉੱਥੇ ਇਹਦਾ ਇਨਕਾਊਂਟਰ ਕਰਕੇ ਉਹਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਇੰਨਾ ਰਿਸਕੀ ਸੀ, ਉਹਨੂੰ ਗੋਲੀਆਂ ਮਾਰ ਕੇ ਪਹਿਲਾਂ ਜਿਹੜਾ ਸੀ ਉਹ ਗ੍ਰਿਫਤਾਰ ਕੀਤਾ ਅਤੇ ਮਰ ਗਿਆ। ਪਰ ਮਰਨ ਤੋਂ ਪਹਿਲਾਂ ਜਦੋਂ ਹੋਸਪਿਟਲ ਲੈ ਕੇ ਗਏ ਅਤੇ ਉਹਦੇ ਕੋਲ ਪੁੱਛਿਆ ਵੀ ਹਾਂ ਤੂੰ ਦੱਸ, ਅਤੇ ਉਹਨੇ ਕਿਹਾ, ਕਿਉਂਕਿ ਉਹ ਕਾਲਾ ਕੋਟ ਕਾਲੇ ਕੱਪੜੇ ਪਾ ਕੇ ਰਹਿੰਦਾ ਸੀ, ਕਹਿੰਦਾ ਮੈਨੂੰ ਦੁਨੀਆ ਨਾਲ ਇੱਕ ਨਾਰਾਜ਼ਗੀ ਹੈ ਕਿ ਦੁਨੀਆ ਨੇ ਇਸ ਕਾਲੇ ਕੋਟ ਦੇ ਪਿੱਛੇ ਜੋ ਮੇਰਾ ਸਫੇਦ ਦਿਲ ਸੀ ਉਹ ਨਹੀਂ ਦੇਖਿਆ। ਕਹਿਣ ਤੋਂ ਭਾਵ ਇੱਕ ਇਹੋ ਜਿਹਾ ਬੰਦਾ ਵੀ ਕਹਿੰਦਾ ਕਿ ਮੇਰੇ ਅੰਦਰ ਸਫੇਦ ਦਿਲ ਹੈ, ਮੇਰੇ ਅੰਦਰ ਜਿਹੜੀ ਚੰਗਿਆਈ ਹੈ ਉਹ ਕਿਸੇ ਨੇ ਨਹੀਂ ਦੇਖੀ। ਅਤੇ ਸਾਰੀ ਦੁਨੀਆ ਤਾਂ ਉਸ ਤੋਂ ਤਾਂ ਬਹੁਤ ਚੰਗੀ ਪਈ ਹੈ, ਆਪਾਂ ਕਿਉਂ ਨਹੀਂ ਕਿਸੇ ਵੱਲ ਚੰਗਿਆਈ ਦੇਖਦੇ? ਹੋ ਸਕਦਾ ਤੁਹਾਡੇ ਚੰਗਿਆਈ ਦੇਖਣ ਨਾਲ ਜੋ ਤੁਹਾਨੂੰ ਪ੍ਰੋਬਲਮ ਉਹਦੇ ਦੂਸਰੇ ਬੰਦੇ ਤੋਂ, ਉਹਦੇ ਨੈਗੇਟਿਵਿਟੀ ਤੋਂ ਆ ਰਹੀਆਂ, ਉਹਦੇ ਚੰਗੇ ਗੁਣਾਂ ਕਰਕੇ ਉਹ ਪ੍ਰੋਬਲਮ ਜਿਹੜੀਆਂ ਹੈ, ਹੋ ਸਕਦਾ ਉਹ ਵੈਨਿਸ਼ ਹੋ ਜਾਣ, ਹੋ ਸਕਦਾ ਉਹ ਜਿਹੜੀਆਂ ਪਸਤ ਹੋ ਜਾਣ, ਦੁਬਾਰਾ ਦਿਖਣ ਹੀ ਨਾ। ਮੈਂ ਜਦੋਂ ਸਕੂਲ ਪੜ੍ਹਾਉਂਦਾ ਸੀ ਤਾਂ ਮੈਂ ਇੱਕ ਚੀਜ਼ ਨੂੰ ਫੋਲੋ ਜ਼ਰੂਰ ਕਰਦਾ ਸੀ ਕਿ ਇੱਕ ਜਗ੍ਹਾ ਮੈਂ ਕਹਾਣੀ ਜਾਂ ਕਹਿ ਲਓ ਇਹ ਦ੍ਰਿਸ਼ਟਾਂਤ ਪੜ੍ਹਿਆ ਸੀ, ਬਸ ਇਹ ਗੱਲ ਕਹਿ ਕੇ ਮੈਂ ਖਤਮ ਕਰਾਂਗਾ ਕਿਉਂਕਿ
ਵੀਡੀਓਜ਼ ਮੈਂ ਚਾਹੁੰਦਾ ਕਿ ਲਗਾਤਾਰ ਤੁਹਾਡੇ ਨਾਲ ਇਸ ਤਰ੍ਹਾਂ ਰੂਬਰੂ ਹੁੰਦਾ ਰਹਾਂ। ਸੋ ਅੱਜ ਦੀ ਵੀਡੀਓ ਮੈਂ ਇੱਕ ਦ੍ਰਿਸ਼ਟਾਂਤ ਦੇਖ ਕੇ ਜਿਹੜੀ ਆ ਉਹਦੀ ਸਮਾਪਤੀ ਕਰਾਂਗਾ। ਬੱਚਿਆਂ ਨੂੰ ਪੜ੍ਹਾਉਣ ਲਈ ਮੇਰੇ ਕੋਲ ਇੱਕੋ ਫਿਲੋਸਫੀ ਹੈ, ਬੱਚਿਆਂ ਨੂੰ ਦੇਖਣ ਦਾ ਨਜ਼ਰੀਏ ਇੱਕੋ ਹੀ ਹੈ ਮੇਰੇ ਕੋਲ। ਉਹ ਕਿਹੜਾ? ਮੈਂ ਕਿਤੋਂ ਪੜ੍ਹਿਆ ਸੀ ਕਿ ਕਹਿੰਦੇ ਕਿ ਜੇ ਇੱਕ ਗਲਾਸ ਦੁੱਧ ਵਿੱਚ ਇੱਕ ਦੋ ਬੂੰਦਾਂ ਸ਼ਾਹੀ ਦੀਆਂ ਪੈ ਜਾਣ, ਇੰਕ ਦੀਆਂ ਡਰੋਪਸ ਪੈ ਜਾਣ, ਅਤੇ ਉਹ ਦੁੱਧ ਸਾਰਾ ਨੀਲਾ ਹੋ ਜਾਂਦਾ। ਅਤੇ ਦੁਨੀਆ 'ਚ ਕੋਈ ਐਸੀ ਮਸ਼ੀਨ ਨਹੀਂ ਬਣੀ ਕਿ ਉਹ ਪੂਰੇ ਦੁੱਧ ਵਿੱਚੋਂ ਦੋ ਤਿੰਨ ਬੂੰਦਾਂ ਸ਼ਾਹੀ ਦੀਆਂ ਕੱਢ ਸਕੇ। ਪਰ ਸਾਡਾ ਕੰਮ ਦੁੱਧ ਵਿੱਚੋਂ ਸ਼ਾਹੀ ਦੀਆਂ ਬੂੰਦਾਂ ਕੱਢਣਾ ਨਹੀਂ ਹੈ, ਸਾਡਾ ਕੰਮ ਹੈ ਦੁੱਧ ਨੂੰ ਪੀਣ ਯੋਗ ਬਣਾਉਣਾ, ਪ੍ਰੈਜੈਂਟੇਬਲ ਬਣਾਉਣਾ, ਤਾਂ ਕਿ ਅਸੀਂ ਲੋਕਾਂ ਦੇ ਸਾਹਮਣੇ ਰੱਖ ਸਕੀਏ ਅਤੇ ਉਹ ਚੀਜ਼ ਵੇਚ ਸਕੀਏ। ਕੀ ਕਰਾਂਗੇ ਅਸੀਂ? ਕੀ ਕਰਾਂਗੇ? ਉਸ ਦੁੱਧ ਇੱਕ ਗਲਾਸ ਨੂੰ ਬਾਲਟੀ 'ਚ ਪਾਵਾਂਗੇ ਅਤੇ ਉਹਦੇ ਵਿੱਚ 100-150 ਜਿੰਨੇ ਪਾ ਸਕਦੇ ਹੋ ਗਲਾਸ ਦੁੱਧ ਅੱਛੇ ਦੁੱਧ ਦੇ ਪਾ ਦਾਂਗੇ, ਠੀਕ ਹੈ। ਸੋ ਉਹਨੇ ਗਲਾਸ ਜਦੋਂ ਅਛਿਆਈ ਦੇ ਪੈ ਗਏ ਤਾਂ ਉਹ ਜਿਹੜਾ ਨੀਲਾਪਨ ਬੁਰਾਈ ਉਹ ਨਹੀਂ ਦਿਸੇਗੀ। ਸੋ ਸਾਡਾ ਕੰਮ ਕਿਸੇ ਦੀ ਬੁਰਾਈ ਨੂੰ ਉਜਾਗਰ ਕਰਨਾ ਨਹੀਂ ਹੋਣਾ ਚਾਹੀਦਾ, ਬਲਕਿ ਅੱਛਾਈ ਨੂੰ ਉਜਾਗਰ ਕਰਨਾ ਹੋਣਾ ਚਾਹੀਦਾ ਹੈ। ਜਦੋਂ ਦੇਖਦਾ ਹਾਂ ਕਿ ਕਈ ਵਿਅਕਤੀ ਇਹਨਾਂ ਗੱਲਾਂ ਕਰਕੇ ਦੁਖੀ ਮਿਲਦੇ ਹਨ, ਉਹਨਾਂ ਨੂੰ ਸੋਲਿਊਸ਼ਨ ਨਹੀਂ ਮਿਲਦਾ, ਅਤੇ ਜਦੋਂ ਦੇਖੀਦਾ ਕਿ ਕਾਰਨ ਤਾਂ ਇਹ ਸੀ ਕਿ ਉਹਨਾਂ ਦਾ ਜਿਹੜਾ ਨਜ਼ਰੀਆ ਸੀ ਦੂਜੇ ਬੰਦੇ ਨੂੰ ਦੇਖਣ ਦਾ, ਉਹਦੇ ਕਰਕੇ ਹੀ ਉਹ ਦੁਖੀ ਨੇ, ਅਤੇ ਫਿਰ ਜੀ ਕਰਦਾ ਹੈ ਕਿ ਇਹ ਨਜ਼ਰੀਆ ਸਾਰਿਆਂ ਨਾਲ ਸ਼ੇਅਰ ਕੀਤਾ ਜਾਵੇ। ਜੁੜੇ ਰਹਿਣ ਲਈ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ 'ਚ।